ਅਸਲਾਮ ਅਲੈਕੁਮ। ਮੈਂ ਤੁਹਾਨੂੰ ਕੱਲ੍ਹ ਵੀ ਦੱਸਿਆ ਸੀ ਕਿ ਭਾਬੀ ਜਿਹੜੀ ਆ ਲੱਭ ਗਈ ਆ। ਹੁਣ ਅੱਜ ਉਸ ਭਾਬੀ ਦੇ ਨਾਲ ਗੁਫ਼ਤਗੂ ਕਰਾਂਗੇ ਕਿ ਅਸਲ ਵਾਕਿਆਤ ਹੋਏ ਕੀ ਆ। ਭਾਬੀ ਜਿਹੜੀ ਆ ਜੀ ਇਸ ਟਾਈਮ ਚੌਕੀ ਤਾਰਕਾਬਾਦ ਦੇ ਅੰਦਰ ਮੌਜੂਦ ਆ, ਅਤੇ ਅੰਦਰ ਜਾ ਕੇ ਭਾਬੀ ਦੇ ਨਾਲ ਗੱਲ ਕਰਦੇ ਹਾਂ ਕਿ ਭਾਬੀ ਤੈਨੂੰ ਕੀ ਰੌਲਾ ਸੀ, ਤੂੰ ਕਿਉਂ ਗਈ ਸੀਗੀ ਅਤੇ ਸਾਨੂੰ ਕਿਉਂ ਰੋਲ ਗਈ ਸੀਗੀ, ਕੀ ਵਜ੍ਹਾ ਬਣ ਗਈ ਸੀ। ਉਹ ਜਿਹੜਾ ਭਾਈ ਸੀਗਾ, ਜਿਹੜਾ ਇਹਦਾ ਮਦਈ ਬਣਿਆ ਸੀਗਾ, ਜਿਹੜਾ ਇਹਦਾ ਨਾਮ ਨਿਹਾਦ ਸ਼ੌਹਰ ਆ ਅਤੇ ਨਾਮ ਨਿਹਾਦ ਸਾਫ਼ੀ ਆ, ਉਹਦੇ ਨਾਲ ਤੂੰ ਕਿਉਂ ਲੜੀ ਸੀ, ਕੀ ਰੌਲਾ ਸੀਗਾ, ਅੱਜ ਆ ਗੱਲ ਕਰਦੇ ਆ ਜਾਓ। ਅਸਲਾਮ ਅਲੈਕੁਮ। ਅੱਛਾ, ਪਿਛਲੇ ਚੰਦ ਰੋਜ਼ ਦੇ ਉੱਤੇ ਨਾ ਇੱਕ ਬੜੀ ਖਬਰ ਜਿਹੜੀ ਆ ਵਾਇਰਲ ਹੋਈ ਸੀ, ਜਿਹਦੇ ਵਿੱਚ ਇੱਕ ਸਹਾਫ਼ੀ ਜਿਹੜਾ ਵਾ ਉਹ ਸਟਿੰਗ ਆਪਰੇਸ਼ਨ ਦੇ ਦੌਰਾਨ ਆਪਣੀ ਜਿਹੜੀ ਬੀਵੀ ਸੀ ਉਹ ਤੋਂ ਹੱਥ ਧੋ ਬੈਠਿਆ ਸੀਗਾ, ਅਤੇ ਥਾਣਾ ਪੀਪਲਸ ਕਲੋਨੀ ਪੁਲਿਸ ਨੇ ਫੌਰੀ ਤੌਰ 'ਤੇ ਮੁਕੱਦਮਾ ਦਰਜ ਕਰਕੇ ਜਿਹੜੀ ਖਾਤੂਨ ਸੀ ਉਹ ਵੀ ਕਿਹਾ ਜਾਂਦਾ ਕਿ ਸਹਾਫ਼ੀ ਆ, ਉਹਨੂੰ ਬਰਾਮਦ ਕਰ ਲਿਆ। ਉਹ ਖਾਤੂਨ ਤੂਬਾ ਇਸ ਟਾਈਮ ਮੇਰੇ ਨਾਲ ਮੌਜੂਦ ਆ, ਉਹਦੇ ਨਾਲ ਅਸੀਂ ਗੱਲ ਕਰਦੇ ਹਾਂ ਕਿ ਅਸਲ ਹਕਾਇਕ ਹੈ ਕੀ ਆ। ਅਸਲਾਮ ਅਲੈਕੁਮ। ਵਾਲੇਕੁਮ ਅਸਲਾਮ ਜੀ। ਤੂਬਾ, ਦੱਸੋ ਕਿ ਹੋਇਆ ਕੀ ਸੀਗਾ, ਕਿਉਂ ਐਡਾ ਵੱਡਾ ਮਸਲਾ ਬਣ ਗਿਆ ਕਿ ਤੁਹਾਨੂੰ ਉਹਨੇ ਲਿਆ ਕੇ ਉੱਥੇ ਖਿਲਾ ਰਿਹਾ, ਉਸ ਤੋਂ ਬਾਅਦ ਕੀ ਮੈਟਰ ਹੋਇਆ, ਜੋ ਅਸਲ ਹਕੀਕਤ ਹੈ ਨਾ ਉਹਦੇ ਨਾਲ ਨਾਜ਼ਰੀ ਨੂੰ ਦੱਸੋ। ਅਸਲ ਮੇਂ ਮਸਲਾ ਜੋ ਵੀ ਹੈ ਵੋ ਜ਼ਰੂਰਤ ਸੇ ਜ਼ਿਆਦਾ ਬੜਾਇਆ ਗਿਆ, ਔਰ ਜਿਸ ਮੇਂ ਹਮ ਯੇ ਕਹਿ ਸਕਤੇ ਹੈ ਕਿ ਸੋਸ਼ਲ ਮੀਡੀਆ ਪਰ ਹਮਾਰੇ ਠੀਕ ਹੈ ਕੁਛ ਲੋਗ ਜ਼ਿੰਮੇਦਾਰ ਹੈ, ਲੇਕਿਨ ਕੁਛ ਲੋਗ ਜੋ ਹੈ ਨਾ ਵੋ ਮਸਾਲੇ ਮਿਰਚ ਲਗਾ ਕਰ ਬਾਤ ਕੋ ਜ਼ਿਆਦਾ ਹਾਈਲਾਈਟ ਕਰਤੇ ਹੈ। ਕਭੀ ਕਿਸੀ ਇਨਸਾਨ ਕੀ ਮਜਬੂਰੀ ਵੀ ਹੋਤੀ ਹੈ ਕਿ ਵੋ ਸਾਹਮਣੇ ਨਹੀਂ ਆਨਾ ਚਾਹਤਾ, ਲੇਕਿਨ ਅਗਰ ਹਮ ਉਸਕੋ ਬਾਰ ਬਾਰ ਇੱਕ ਬਾਤ ਹੈ ਕਿ ਜੀ ਪਰਦਾ ਨਹੀਂ। ਤੁਬਾ, ਇਹ ਮੇਰੀ ਬਾਤ ਸੁਣੇ, ਇੱਕ ਤਾਂ ਹੁੰਦਾ ਨਾ ਕਿ ਚੁੱਪ ਕਰਕੇ ਦੋਵਾਂ ਜੀਆਂ ਦਾ ਮਸਲਾ ਆਇਆ, ਘਰ ਦੇ ਵਿੱਚ ਰੌਲਾ ਪੈ ਗਿਆ, ਇਹ ਇੱਕ ਫੈਸਲਾਬਾਦ ਦੇ ਥਾਣੇ ਦੇ ਵਿੱਚ ਮੁਕੱਦਮਾ ਦਰਜ ਹੋਇਆ। ਮੁਕੱਦਮੇ ਦੇ ਵਿੱਚ ਜਦੋਂ ਅਗਵਾ ਇੱਕ ਖਾਤੂਨ ਅਗਵਾ ਹੋ ਜਾਂਦੀ ਹੈ, ਤੁਹਾਨੂੰ ਪਤਾ ਕਿ ਪੁਲਿਸ ਵਾਸਤੇ ਉਹ ਕਿੱਡਾ ਵੱਡਾ ਮਸਲਾ ਬਣਦਾ ਵਾ ਕਿ ਖਾਤੂਨ ਅਗਵਾ ਹੋ ਗਈ, ਖੁਦਾ ਨਾ ਖਾਸਤਾ ਉਹਦੇ ਨਾਲ ਕੋਈ ਗਲਤ ਹਰਕਤ ਹੋ ਜਾਂਦੀ ਹੈ, ਉਹਨੂੰ ਕਤਲ ਕਰ ਦਿੱਤਾ ਜਾਂਦਾ ਵਾ ਪੁਲਿਸ ਵਾਸਤੇ, ਪੁਲਿਸ ਤਾਂ 3 ਦਿਨ ਸੁੱਤੀ ਨਹੀਂ ਹੈ। ਤੁਸੀਂ ਕਹਿ ਰਹੇ ਹੋ ਕਿ ਬੜਾ ਸੋਸ਼ਲ ਮੀਡੀਆ ਨੇ ਮਸਾਲਾ ਲਾਇਆ, ਮਸਾਲਾ ਤਾਂ ਜਿਹਨੇ FIR ਕਰਾਈ ਮੇਰੇ ਖਿਆਲ ਉਹਨੇ ਲਾਇਆ ਨਾ ਜੀ। ਸ਼ਾਇਦ ਫਿਰ ਅਮੇ ਯਹੀ ਕਹਾਂਗੇ ਕਿ ਜੋ ਇੱਕ ਬੇਬੁਨਿਆਦ ਬਾਤ ਉਡਾਈ ਗਈ, ਕਿਉਂਕਿ ਉਹ ਵੀ ਇਸ ਚੀਜ਼ ਸੇ ਵਾਕਿਫ ਥੇ ਕਿ ਹਮਾਰੇ ਬੀਚ ਕਿਆ ਮਸਾਇਲ ਚੱਲ ਰਹੇ ਹੈ, ਲੇਕਿਨ ਵੋ ਉਸ ਚੀਜ਼ ਸੇ ਇਨਕਾਰੀ ਮੁਨਕਿਰ ਵੀ ਥੇ ਕਿ ਹਮਾਰੀ ਤੀਨ ਦਾ ਵੋ ਸੋ ਚੁਕੀ ਹੈ, ਔਰ ਜੀ ਅਬ ਮੇਰੀ ਬੀਵੀ ਮੇਰੇ ਸ਼ਰਈ ਤੌਰ ਪੇ ਨਹੀਂ ਰਹਿ ਸਕਤੀ ਮੇਰੇ ਸਾਥ, ਤੋ ਜਬ ਵੀ ਇਸ ਬਾਰੇ ਮੈਂ ਬਾਤ ਹੋਈ ਤੋ ਉਹਨਾਂ ਤੁਸੀਂ ਇਹ ਗੱਲ ਦੱਸੋ ਕਿ ਤੁਸੀਂ ਉਸ ਦਿਨ ਕੋਸਤਾਨ ਦੇ ਅੱਡੇ ਤੇ ਆਏ ਸੀ ਕਿ ਨਹੀਂ? ਜੀ ਹਮ ਗਏ ਥੇ, ਲੇਕਿਨ ਇਸ ਤਰ੍ਹਾਂ ਨਹੀਂ ਜਿਸ ਤਰ੍ਹਾਂ ਬਾਤ ਕੋ ਨਹੀਂ। ਤੁਹਾਡੀਆਂ 3 ਤਲਾਕਾਂ ਹੋ ਗਈਆਂ ਸੀ, ਫਿਰ ਤੁਸੀਂ ਕੋਸਤਾਨ ਦੇ ਅੱਡੇ ਤੇ ਕੀ ਲੈਣ ਆਏ? ਕਿਉਂਕਿ ਉਹ ਮੰਨਦੇ ਨਹੀਂ ਥੇ ਇਸ ਚੀਜ਼ ਕੋ ਕਿ ਜੀ ਮੈਨੇ ਡਾਇਵੋਰਸ ਦੀ, ਅਗਰ ਮੈਨੇ ਉਸ ਸਮੇਂ ਦੀ ਔਰ ਐਸੇ ਨਹੀਂ ਉਤਾਰ ਵੈਸੇ ਨਹੀਂ ਉਤਾਰ, ਇਕੱਠੀ ਨਹੀਂ ਨਾ ਦੀ, ਉਹ ਇੱਕ ਦੋ ਤਿੰਨ ਤੀਸਰੀ ਜਬ ਦੀ ਹੈ ਤੋ ਮੈਨੇ ਕਹਾ ਸਭ ਚੀਜ਼ ਖਤਮ ਹੋ ਗਈ, ਉਹਨੇ ਕਹਾ ਨਹੀਂ, ਤੋ ਉਸ ਦਿਨ ਬਸ ਮੈਂ ਇਤਫਾਕ ਸੇ ਜੋ ਹੈ ਉਹਨੂੰ ਇੱਕ ਮੌਕਾ ਬਣਾ ਕੇ ਜੀ ਠੀਕ ਹੈ ਹਮਨੇ ਬਾਹਰ ਜਾਣਾ ਹੈ ਔਰ ਕਵਰੇਜ ਕਰਨੀ ਹੈ, ਤੋ ਮੈਨੇ ਕਹਾ ਠੀਕ ਹੈ ਯਹੀ ਮੌਕਾ ਹੈ। ਮੈਂ ਕਿਸ ਚੀਜ਼ ਕੀ ਕਵਰੇਜ ਕੇ ਲਿਏ ਬੁਲਾਇਆ ਤਾ, ਚਲੋ ਇਹ ਤਾਂ ਸਾਨੂੰ ਦੱਸ ਦਿਓ ਨਾ ਕਿ ਕਵਰੇਜ ਕਾਦੀ ਕਰਨਾ ਚਾਹੁੰਦੇ ਤੁਸੀਂ? ਇਸ ਤਰ੍ਹਾਂ ਨਹੀਂ ਹੁੰਦਾ, ਜੈਸੇ ਹਮ ਵੀ ਐਜ਼ ਲਾਈਵ ਆਪ ਲੋਗ ਵੀ ਬਣਾਤੇ ਹੈ, ਐਸੇ ਹਮ ਵੀ ਬਣਾਤੇ ਥੇ ਕਿਸੀ ਵੀ ਪੁਆਇੰਟ ਪੇ ਕਿਸੀ ਵੀ ਵਿਊ ਲੇਕਰ ਕਿਸੀ ਵੀ ਟੌਪਿਕ ਪਰ, ਤੋ ਉਸ ਦਿਨ ਵੀ ਉਸ ਦਿਨ ਕਿਆ ਟੌਪਿਕ ਥਾ ਵੈਸੇ? ਯਹੀ ਥਾ ਕਿ ਜੀ ਕਿਸੀ ਜੋ ਹੈ ਵੋ ਦੇਖਾ ਜਾਏ ਜੋ ਇਲਾਕੋ ਮੇਂ ਕਿਸ ਕਿਸ ਜਗ੍ਹਾ ਪਰ ਮਤਲਬ ਜੋ ਗਲਤ ਕਾਮ ਹੋਨੇ ਹੈ ਯਾਰ ਜੋ ਵੀ ਆਪ ਮਤਲਬ ਫੇਕ ਕਹਿ ਸਕਤੇ ਹੈ ਕੋਈ ਵੀ ਚੀਜ਼ ਉਸਕੇ ਹਵਾਲੇ ਸੇ, ਬਸ ਵੋ ਉਹਨਾਂ ਨੇ ਕਹਾ ਥਾ ਕਿ ਆਜ ਉਸ ਇਲਾਕੇ ਮੇਂ ਹਮਨੇ ਥੋੜੀ ਸੀ ਕਵਰੇਜ ਕਰਨੀ ਹੈ। ਅੱਛਾ, ਫਿਰ ਕੀ ਹੋਇਆ, ਉਸ ਤੋਂ ਬਾਅਦ ਕੀ ਹੋਇਆ? ਚਲੋ ਕਵਰੇਜ ਕਰੀ ਵਾ ਕਿ ਜੀ ਵੋ ਜਬ ਅਭੀ ਕਵਰੇਜ ਵਬਰੇਜ ਹਮਨੇ ਕੀ ਨਹੀਂ ਥੀ, ਮਤਲਬ ਅਭੀ ਹਮ ਪਹੁੰਚੇ ਹੀ ਥੇ, ਤੋ ਉਹਨਾਂ ਨੇ ਕਹਾ ਹਮ ਪੁਆਇੰਟ ਦੇਖ ਕਰ ਆਤੇ ਹੈ ਵਹਾਂ ਪਰ, ਇੱਕ ਜੋ ਹੈ ਵੋ ਜੋ ਦੋ ਸਾਫੀ ਜੀ ਉਹਨਾਂ ਨੇ ਆਪਣਾ ਬਤਾਇਆ, ਉਸਮੇ ਇੱਕ ਮੇਰੇ ਸ਼ੋਹਰ ਹੈ ਔਰ ਦੂਸਰੇ ਵੀ, ਤੋ ਉਹਨਾਂ ਨੇ ਯੇ ਕਹਾ ਜੈਸੇ ਹੀ ਕਹਾ ਕਿ ਜੀ ਹਮ ਖੜੇ ਹੋਤੇ ਹੈ ਆਪ ਜੋ ਹੈ ਨਾ ਯਹਾਂ ਖੜੀ ਹੂੰ, ਤੋ ਵੋ ਉਹਨਾਂ ਨੇ ਜੈਸੇ ਹੀ ਮੁਝੇ ਬੋਲਾ, ਤੋ ਬਸ ਮੈਨੇ ਕਹਾ ਯਹੀ ਯਹੀ ਮੌਕਾ ਹੈ ਔਰ ਇਸ ਸੇ ਅੱਛਾ ਕੋਈ ਮੌਕਾ ਨਹੀਂ ਹੋਗਾ, ਜ਼ਾਹਿਰ ਸੀ ਬਾਤ ਹੈ ਸ਼ਰਈ ਤੌਰ ਅਗਰ ਯੇ ਨਹੀਂ ਮਾਨਤਾ ਤੋ ਫਿਰ ਮੈਂ ਕਾਨੂੰਨੀ ਤੌਰ ਇਸ ਚੀਜ਼ ਕੋ ਖੁਲਾ ਲੈ ਲੂੰਗੀ ਔਰ ਕੁਛ ਨਹੀਂ, ਤੋ ਜ਼ਾਹਿਰ ਹੈ ਮੈਂ ਰਹਿ ਤੋ ਸਾਥ ਸਕਤੀ ਨਹੀਂ, ਤੋ ਮੈਨੇ ਵੋ ਲੋਗੋ ਵਗੈਰਾ ਹਰ ਚੀਜ਼ ਸਾਈਡ ਪੇ ਰੱਖੀ ਔਰ ਮੈਂ। ਉਹ ਕੈਮਰਾ ਕਿੱਥੇ ਹੈ ਜਿਹੜਾ ਕੈਮਰਾ ਤੁਹਾਡੇ ਕੋਲ ਸੀਗਾ? ਕੈਮਰਾ ਮੇਰੇ ਪਾਸ ਨਹੀਂ ਹੈ, ਮੈਂ ਲੇਕਰ ਹੀ ਨਹੀਂ, ਮੈਂ ਕਿਉਂ ਇੱਕ ਚੀਜ਼ ਲੇਕਰ ਜਾਤੀ ਔਰ ਬਾਅਦ ਮੈਂ ਪਰੇਸ਼ਾਨ ਹੋਤੀ,
ਫਿਰ ਤੁਹਾਡੇ ਸ਼ੋਹਰ ਨੂੰ ਕਿਸ ਤਰ੍ਹਾਂ ਪਤਾ ਲੱਗ ਗਿਆ ਜਦੋਂ ਪੁਲਿਸ ਨੇ ਇਹਨੂੰ ਇੰਟੈਰੋਗੇਟ ਕੀਤਾ, ਉਹਨੇ ਕਿਉਂ ਜਾ ਕੇ ਤੁਹਾਨੂੰ ਉਸੇ ਪੁਆਇੰਟ ਤੋਂ ਜਾ ਕੇ ਲੱਭ ਲਿਆ? ਉਹਨੂੰ ਤਾਂ ਪਤਾ ਸੀ ਤੁਸੀਂ ਆਪ ਚਲੇ ਗਏ ਹੋ, ਜਿਸ ਪੁਆਇੰਟ ਦੇ ਉੱਪਰ ਤੁਸੀਂ ਗਏ ਸੀ। ਨਹੀਂ, ਮੈਂ ਵਹਾਂ ਤੋਂ ਨਹੀਂ ਮਿਲੀ, ਔਰ ਮੈਂ ਤਾਂ ਖੁਦ ਸਾਹਮਣੇ ਆਈ ਹੂੰ ਇਹ ਚੀਜ਼ ਕੋ ਰੋਕਨੇ ਕੇ ਲੀਏ ਕਿ ਜੀ ਮੇਰੀ ਵਜ੍ਹਾ ਸੇ ਕਿਸੀ ਕੋ ਪਰੇਸ਼ਾਨ ਨਾ ਕੀਆ ਜਾਏ ਯਾ ਇਸ ਤਰ੍ਹਾਂ ਕਾ ਕਾਮ ਨਾ ਕੀਆ ਜਾਏ ਕਿ ਕਾਨੂੰਨ ਕੋ ਗੁਮਰਾਹ ਕੀਆ ਜਾਏ। ਤੋ ਮੈਨੇ ਤੋ ਖੁਦ ਸਾਹਮਣੇ ਆਇਆ ਹੈ, ਇੱਕ ਪੋਸਟ ਵੀ ਮੈਨੇ ਵੀ ਦੇਖੀ ਥੀ, ਤੋ ਮੈਨੇ ਖੁਦ ਬਤਾਇਆ ਕਿ ਜੀ ਮੈਂ ਆਪਣੀ ਮਰਜ਼ੀ ਸੇ ਆਈ ਹੂੰ, ਔਰ ਬੇਸ਼ੱਕ ਮੈਂ ਅਭੀ ਸਾਹਮਣੇ ਨਹੀਂ ਆਈ ਥੀ ਕਿਉਂਕਿ ਮੈਂ ਕਾਨੂੰਨੀ ਤੌਰ ਪੇ ਖੁੱਲ੍ਹਾ ਰੱਖ ਕੇ ਫਿਰ ਆਉਣਾ ਚਾਹਤੀ ਥੀ, ਲੇਕਿਨ ਅਬ ਜ਼ਾਹਿਰ ਹੈ ਇਤਨਾ ਬੜਾ ਹਾਦਸਾ ਹੁਆ ਤੋ ਫਿਰ ਯੇ ਸਭ ਇੱਕ ਚੀਜ਼ ਇਤਨੀ ਬੜ ਗਈ ਥੀ ਕਿ। ਚਲੋ, SHO ਰਾਣਾ ਰਾਸ਼ਦ ਸਾਹਿਬ ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ ਕਿ ਅਸਲ ਮਸਲਾ ਜਿਹੜਾ ਹੈ ਕੀ ਹੈ। ਜੀ, ਅਸਲਾਮ ਵਾਲੇਕੁਮ। ਜੀ, ਵਾਲੇਕੁਮ ਸਲਾਮ। ਜੀ ਰਾਣਾ ਸਾਹਿਬ, ਇਹ ਮਸਲਾ ਬਣਿਆ ਕੀ ਹੈਗਾ ਵਾ? ਜਿਹੜੀ ਇਹ ਸਟੋਰੀ ਦੱਸ ਰਹੀ ਹੈ ਤੇ ਬੜੀ ਸਿੱਧੀ ਸੀਗੀ, ਸੋਸ਼ਲ ਮੀਡੀਆ ਦੇ ਉੱਪਰ ਤਾਂ ਲਾਲਾ ਲਾਲਾ ਪਈ ਹੋਈ ਹੈ ਕਿ ਜਨਾਬ ਅਗਵਾ ਹੋ ਗਈ ਤੇ ਪੁਲਿਸ ਨੇ ਜਾ ਕੇ ਬਾਜ਼ਯਾਬ ਕਰਵਾਈ, ਉਹ ਕਹਿ ਰਹੇ ਕਿ ਅਸੀਂ ਆਪ ਹੀ ਆਏ, ਕਿ ਅਸਲ ਹਕੀਕਤ ਕੀ ਹੈ? ਬੇਸਿਕਲੀ ਮੀਆਂ ਬੀਵੀ ਜਿਹੜੇ ਨੇ ਦੋਨੋਂ, ਇਹਨਾਂ ਦੇ ਦਰਮਿਆਨ ਘਰੇਲੂ ਨਾਚਾਕੀ ਚੱਲਦੀ ਪਈ ਸੀ। ਜਿਸ ਤਰ੍ਹਾਂ ਤੁਹਾਨੂੰ ਖਾਤੂਨ ਨੇ ਦੱਸਿਆ ਕਿ ਉਹਦਾ ਆਪਣਾ ਮੀਆਂ ਉਹਨੂੰ ਡਾਇਵੋਰਸ ਦੇ ਚੁੱਕਿਆ ਸੀ, ਲੇਕਿਨ ਉਹਨੂੰ ਛੋੜ ਨਹੀਂ ਸੀ ਰਿਹਾ, ਬੱਚੇ ਵੀ ਸੀ ਤਿੰਨ। ਖਾਤੂਨ ਨੂੰ ਬਲੈਕਮੇਲ ਕਰਦਾ ਸੀ ਔਰ ਖਾਤੂਨ ਵਿਚਾਰੀ ਕੰਮ ਕਰਦੀ ਸੀ, ਉਹ ਸੋ ਕਾਲਡ ਸਹਾਫ਼ੀ ਸਹਾਫ਼ਤ ਦਾ ਵੀ ਉਹਦਾ ਕੋਈ ਦੂਰ ਦੂਰ ਤੱਕ ਲੈਣ ਦੇਣ ਨਹੀਂ ਸੀ। ਉਸ ਦਿਨ ਵੀ ਇਸ ਤਰ੍ਹਾਂ ਹੀ ਹੋਇਆ ਜਿਸ ਤਰ੍ਹਾਂ ਖਾਤੂਨ ਦੱਸਦੀ ਪਈ, ਔਰ ਮੈਜਿਸਟਰੇਟ ਸਾਹਿਬ ਨੂੰ ਬਿਆਨ ਦਿੱਤੇ ਨੇ ਖਾਤੂਨ ਨੇ ਕਿ ਇਹ ਉਹਨੂੰ ਲੈ ਕੇ ਆਏ ਨੇ ਘਰੋਂ ਕਿ ਤੂੰ ਆ ਸਾਡੇ ਨਾਲ, ਅੱਗੇ ਆ ਕੇ ਜਿੱਥੇ ਇਹਨੂੰ ਖੜਾ ਕੀਤਾ ਵੇ ਉੱਥੋਂ ਖਾਤੂਨ ਨੇ ਉਹਨਾਂ ਦਾ ਹਰ ਸ਼ਾਇਦ ਛੱਡੀਏ, ਔਰ ਦੱਸਦੀ ਹੈ ਕਿ ਮੈਂ 2-3 ਰਕਸ਼ੇ ਚੇਂਜ ਕਰਕੇ ਫਿਰ ਅੱਗੇ ਗਈ ਹਾਂ। ਉਸ ਤੋਂ ਬਾਅਦ ਅੱਗੇ ਇਹਦੇ ਕਿਸੇ ਜਾਣਨ ਵਾਲੇ ਨੇ ਇਹਦੀ ਹੈਲਪ ਕੀਤੀ, ਕੋ ਖਾਤੂਨ ਨੇ, ਔਰ ਉਹਨੇ ਇਹਨੂੰ ਇਹਦੇ ਬੱਚਿਆਂ ਤੱਕ ਮਿਲਵਾ ਦਿੱਤਾ। ਬੇਸਿਕਲੀ ਇਹ ਪਿਓਰਲੀ ਇੱਕ ਘਰੇਲੂ ਨਾਚਾਕੀ ਹੈ, ਔਰ ਜਿਸ ਤਰ੍ਹਾਂ ਸੋਸ਼ਲ ਮੀਡੀਆ ਦੇ ਉੱਤੇ ਗੱਲ ਨੂੰ, ਕਿਉਂਕਿ ਅਸੀਂ ਇਸ ਚੀਜ਼ ਇਸ ਕਿਸਮ ਦੀ ਚੀਜ਼ ਨੂੰ ਬਹੁਤ ਜ਼ਿਆਦਾ ਲਾਈਕ ਕਰਦੇ ਹਾਂ, ਸੋਸ਼ਲ ਮੀਡੀਆ 'ਤੇ ਚੀਜ਼ਾਂ ਵਾਇਰਲ ਹੋ ਗਈਆਂ ਕਿ ਸਾਫੀ ਦੀ ਬੇਗਮ ਯੇ ਵੋ, ਲੇਕਿਨ ਹਕਾਇਕ ਤੁਹਾਡੇ ਸਾਹਮਣੇ ਨੇ ਤੁਸੀਂ। ਰਾਣਾ ਸਾਹਿਬ, ਚਲੋ, ਇੱਕ ਤਾਂ ਤੁਸੀਂ ਇਹ ਗੱਲ ਕਰ ਦਿੱਤੀ ਕਿ ਇਹ ਸਾਰਾ ਜਿੰਨੇ ਵੀ FIR ਹੋਈ ਸੀ ਇਹ ਬੇਬੁਨਿਆਦ ਸੀ, ਇਹਨਾਂ ਦਾ ਘਰੇਲੂ ਜਿਹੜੀਆਂ ਨਾਚਾਕੀ ਆ। ਜਿਸ ਬੰਦੇ ਨੇ ਏਡੀ ਵੱਡੀ FIR ਕਰਵਾ ਦਿੱਤੀ, ਉਸ ਬੰਦੇ ਨੂੰ ਤਫਤੀਸ਼ ਕਰਕੇ ਉਹਦੇ 'ਤੇ ਮੁਕੱਦਮਾ ਦਰਜ ਕੀਤਾ ਜਾਵੇਗਾ? ਜੀ ਮੋਹਤਰਮ, ਇਹਦੇ 'ਚ ਬੜੀ ਸਿੱਧੀ ਜਿਹੀ ਗੱਲ ਹੈ, ਕਿਉਂਕਿ ਸਾਫੀ ਸਾਡੇ ਮਾਸ਼ਰੇ ਦਾ ਇੱਕ ਬੇਸਿਕ ਪਿੱਲਰ ਨੇ, ਔਰ ਇੱਕ ਸਾਫੀ ਦੀ ਮਿਸਿਜ ਦੇ ਨਾਲ ਇਸ ਚੀਜ਼ ਨੇ ਸਾਨੂੰ ਔਰ ਮੇਰੇ ਰਾਣਾ ਸਾਹਿਬ ਮਾਦਰਤ, ਮੈਂ ਤੁਹਾਡੀ ਗੱਲ ਕੱਟ ਰਿਹਾ, ਤੁਸੀਂ ਹੁਣੇ ਕਿਹਾ ਵਾ ਕਿ ਉਹ ਸਹਾਫ਼ੀ ਵੀ ਨਹੀਂ ਹੈ, ਇੱਕ ਨਾਮ ਨਿਹਾਦ ਲਬਾਦਾ ਉੜਿਆ ਹੋਇਆ, ਜਿਹਨਾਂ ਨੇ ਨਾਮ ਨਿਹਾਦ ਲਬਾਦਾ ਉੜਿਆ ਹੋਇਆ, ਇਹ ਤੁਹਾਡੇ ਵਾਸਤੇ ਵੀ ਉਨਾ ਹੀ ਮਸਲਾ ਨੇ, ਸਾਡੇ ਵਾਸਤੇ ਵੀ ਉਨਾ ਮਸਲਾ ਨੇ, ਅਤੇ ਅਸੀਂ ਤਾਂ ਇਹ ਗੱਲ ਕਰਾਂਗੇ ਕਿ ਇਹਦੇ ਖਿਲਾਫ਼ ਕੋਈ FIR ਹੋਣੀ ਚਾਹੀਦੀ ਹੈ। ਜੀ ਬਿਲਕੁਲ, ਇਹ ਤਾਂ ਦੇਖੋ ਸਾਡੇ ਕੋਲ ਤਾਂ FIR ਬੇਸਿਕਲੀ ਫਸਟ ਇਨਫੋਰਮੇਸ਼ਨ ਰਿਪੋਰਟ ਹੈ, ਉਹਦੇ 'ਚ ਜਿਹੜਾ ਵੀ ਬੰਦਾ ਆ ਕੇ ਸਾਡੇ ਕੋਲ ਦਰਖਾਸਤ ਲੈ ਕੇ ਆਉਂਦਾ ਹੈ, ਅਸੀਂ ਕਾਨੂੰਨ ਦੇ ਮੁਤਾਬਕ ਉੱਤੇ ਕਾਰਵਾਈ ਕਰਨ ਦੇ ਬਾਉਂਡ ਹਾਂ। ਇਹ ਤਾਂ ਫਿਰ ਚੀਜ਼ਾਂ ਡਿਊਰਿੰਗ ਦਾ ਕੋਰਸ ਆਫ ਇਨਵੈਸਟੀਗੇਸ਼ਨ ਸਾਹਮਣੇ ਆਈਆਂ ਕਿ ਉਹ ਸਾਫ਼ੀ ਨਹੀਂ, ਇੱਕ ਸੋ ਕਾਲਡ ਸਾਫ਼ੀ ਹੈ, ਜਿਸ ਤਰ੍ਹਾਂ ਦੇ ਅੱਜ ਕੱਲ੍ਹ ਮਤਲਬ ਬੇਸ਼ੁਮਾਰ ਅੱਗੇ ਬਰਸਾਤ ਆਉਣੀ, ਖੁੰਬੀਆਂ ਤਰ੍ਹਾਂ ਸਾਫ਼ੀ ਉੱਗੇ ਹੋਏ ਨੇ ਇਸ ਸ਼ਹਿਰ ਦੇ ਵਿੱਚ, ਸੋ ਇਹ ਤਾਂ ਬਾਅਦ ਵਿੱਚ ਪਤਾ ਚੱਲਿਆ। ਹਾਂ, ਅਗਰ ਉਹ ਸਾਫ਼ੀ ਸੋ ਕਾਲਡ ਸਾਫ਼ੀ ਦੀ ਸਾਫ਼ਤ ਦੇ ਬਾਰੇ 'ਚ ਕੋਈ ਸਿਸਟਮ ਹੈ ਤਾਂ ਮੈਂ ਬਿਲਕੁਲ ਪ੍ਰੈਸ ਕਲੱਬ ਫੈਸਲਾਬਾਦ ਨੂੰ ਕਹਿੰਦਾ ਮੈਨੂੰ ਭੇਜਣ ਲਿਖ ਕੇ, ਮੈਂ ਉਹਨਾਂ ਦੇ ਖਿਲਾਫ਼ ਵੀ ਕਾਰਵਾਈ ਕਰਾਂ। ਜੀ ਬਹੁਤ ਸ਼ੁਕਰੀਆ ਰਾਣਾ ਸਾਹਿਬ, ਤੁਸੀਂ ਇਹਨਾਂ ਦੀ ਗੱਲ ਸੁਣੀ, ਅਤੇ ਜਿਹੜਾ ਵੀ ਉਹ ਸੋ ਕਾਲ ਸਾਫ਼ੀ ਹੈਗਾ ਵਾ, ਉਹ ਸਾਡੇ ਫੈਸਲਾਬਾਦ ਦੀਆਂ ਜਿੰਨੀਆਂ ਵੀ ਤਨਜ਼ੀਮਾਂ ਨੇ ਉਹਨਾਂ ਨੂੰ ਚਾਹੀਦਾ ਵਾ ਕਿ ਉਹਦੇ ਖਿਲਾਫ਼ ਵੀ ਲਿਖ ਕੇ ਦੇਣ, ਤਾਂ ਕਿ ਇਸ ਤਰ੍ਹਾਂ ਦੇ ਜਿਹੜੇ ਸੋ ਕਾਲ ਸਾਫ਼ੀ ਨੇ ਨਾ, ਉਹ ਬਾਕੀ ਜਿਹੜੇ ਸਾਫ਼ੀ ਸੀਨੀਅਰ ਸਾਫ਼ੀ ਲੋਕ ਨੇ ਉਹਨਾਂ ਦਾ ਜਿਸ ਤਰ੍ਹਾਂ ਇਮੇਜ ਖਰਾਬ ਕੀਤਾ ਗਿਆ ਵਾ ਇਸ FIR ਦੀ ਵਜ੍ਹਾ ਤੋਂ, ਉਹ ਨਾ ਹੋਵੇ। ਬਹੁਤ ਸ਼ੁਕਰੀਆ।